ਨਾਮਜ਼ਦਗੀ ਪੱਤਰ ਕਲੀਅਰ ਹੋਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਪਟਿਆਲਾ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ। ਕੋਈ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਿਹਾ ਹੈ, ਕੋਈ ਆਪਣੇ ਦਫ਼ਤਰ ਦਾ ਉਦਘਾਟਨ ਕਰ ਚੋਣ ਪ੍ਰਚਾਰ ਕਰ ਰਿਹਾ ਹੈ, ਕੋਈ ਮੈਂਬਰ ਆਪਣੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਲੱਗਿਆ ਹੋਇਆ ਹੈ। ਦੂਜੇ ਪਾਸੇ ਪਟਿਆਲਾ ਦੇ ਵਾਰਡ ਨੰਬਰ 25 ਵਿੱਚ ਭਾਜਪਾ ਦੇ ਉਮੀਦਵਾਰ ਵੱਲੋਂ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਜਿੱਥੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੁਆਰਾ ਕੀਤੇ ਗਏ ਵਿਕਾਸ ਦੇ ਆਧਾਰ ਤੇ ਲੋਕ ਆਪਣੀ ਵੋਟ ਦੀ ਵਰਤੋਂ ਕਰਨ। ਜਿੱਦਾਂ ਹੁਣ ਸਾਰੇ ਕੰਮ ਹੁਣ ਤੱਕ ਮਾਲਵਿੰਦਰ ਸਿੰਘ ਜੀ ਨੇ ਕੀਤੇ ਨੇ, ਪਿਛਲੇ 10 ਸਾਲਾਂ ਤੋਂ ਸੜਕਾਂ, ਸੀਵਰੇਜਿਸ, ਲਾਈਟ, ਸਾਰਾ ਕੁਝ ਹੋਇਆ, ਤਾਂ ਹੁਣ ਸਾਨੂੰ ਅੱਗੋਂ ਵੀ ਇਹੀ ਆਸ ਹੈ ਕਿ ਸਾਰੇ ਸੰਗਤ ਖੁਸ਼ ਹੈ ਸਾਡੇ ਤੋਂ, ਸਾਨੂੰ ਹੁਣ ਫਿਰ ਇੱਕ ਵਾਰੀ ਜਿੱਤ ਪ੍ਰਾਪਤ ਹੋਏਗੀ। ਜਿਹੜਾ ਕਰ ਰਹੇ ਆਪਣੇ ਮੁੱਦਿਆਂ ਨੂੰ ਲੈ ਕਰ ਰਹੇ ਹਾਂ, ਸਰਕਾਰ ਦੀ ਡਿਵੈਲਪਮੈਂਟ ਲੈ ਕਰਾਂਗੇ, ਜੋ ਮਹਾਰਾਜ ਸਾਹਿਬ ਨੇ ਅਨਾਊਂਸਮੈਂਟ ਕੀਤੀ ਹੈ 1000 ਕਰੋੜ ਰੁਪਏ ਮਹਾਰਾਜ ਸਾਹਿਬ ਨੇ ਸਾਨੂੰ ਉਰੇ ਦਿੱਤਾ ਪਟਿਆਲੇ ਲਈ, ਅਤੇ 60 ਲੱਖ 60 ਕਰੋੜ ਰੁਪਏ ਸੜਕਾਂ ਲਈ ਦਿੱਤਾ, 45 ਲੱਖ 45 ਕਰੋੜ ਰੁਪਏ ਟਿਊਬਾਂ ਲਈ ਦਿੱਤਾ ਸਾਨੂੰ। ਅਸੀਂ ਉਹ ਆਪਣੀਆਂ ਜੋ ਮਹਾਰਾਜ ਸਾਹਿਬ ਦੀ ਉਪਲਬਧੀਆਂ ਸਾਡੀ ਸਰਕਾਰ ਦੇ ਡਿਵੈਲਪਮੈਂਟ ਦੇ ਮੁੱਦੇ ਨੇ, ਅਸੀਂ ਲੋਕਾਂ ਕੋਲ ਲੈ ਕੇ ਜਾ ਰਹੇ ਹਾਂ ਉਹ। ਨਹੀਂ ਨਹੀਂ ਅਸੀਂ ਮੀਟਿੰਗਾਂ ਦੌਰ ਕਰਾਂਗੇ, ਸਾਨੂੰ 1-2 ਮੀਟਿੰਗਾਂ ਮਹਾਰਾਜ ਸਾਹਿਬ ਵੀ ਦੇਣਗੇ, ਨਵਜੋਤ ਸਿੱਧੂ ਜੀ ਵੀ ਆਣਗੇ, ਹਰਦਿਆਲ ਜੀ ਸਾਡੇ ਇੰਚਾਰਜ ਨੇ, ਉਰੇ ਪਟਿਆਲਾ ਸਾਡੇ ਵਾਰਡ ਲਈ ਲਾਏ ਮਹਾਰਾਜ ਸਾਹਿਬ ਨੇ, ਅਤੇ ਸਾਡੀ ਉਹਨਾਂ ਨਾਲ ਕੱਲ੍ਹ ਰਾਤ ਮੀਟਿੰਗ ਹੋਈ ਹੈ, ਅਤੇ ਅੱਗੇ ਉਹਨੂੰ ਜੋ ਵੀ ਅੱਜ ਸ਼ਾਇਦ ਦਫ਼ਤਰ ਉਦਘਾਟਨ ਵੀ ਅੱਜ ਕਰਨ ਆਉਣਗੇ ਉਹ।